ਇਹੋ ਜਿਹਾ ਅਸੀਂ ਕਾਰਨਾਮਾ ਨਾ ਕਰੀਏ ਕਿ ਕੋਈ ਜੁੜਿਆ ਹੋਇਆ ਅੱਜ ਸਾਡੇ ਹੱਥੋਂ ਟੁੱਟ ਜਾਵੇ। ਮਾਈ ਆਈ ਨੇਤਰ ਬੰਦ ਕਰਦੀ ਹੈ, ਮਾਈ ਤਾਬੋ ਇਤਿਹਾਸ ਵਿੱਚ ਉਹਦਾ ਨਾਮ, ਉਹ ਸੋਚਦੀ ਹੈ ਕਿ ਕੀਰਤਪੁਰ ਸਾਹਿਬ ਹਰ ਰਹੇ ਮਹਾਰਾਜ ਜੀ, ਉਹਤੇ ਅੰਤਰਜਾਮੀ ਹੈ, ਉਹਤੇ ਕਰਨੇ ਹਾਰਾ ਹੈ, ਮੇਰੇ ਵਿੱਚ ਤਾਕਤ ਨਹੀਂ ਹੈ ਕਿ ਮੈਂ ਚੱਲ ਕੇ ਉਸ ਗੁਰੂ ਦੇ ਦਰਸ਼ਨ ਕਰ ਸਕਾਂ, ਪਰ ਉਹ ਤੇ ਅੰਤਰਜਾਮੀ ਹੈ ਨਾ, ਉਹ ਜਾਣਦਾ ਹੈ ਮੇਰੇ ਵਿੱਚ ਤਾਕਤ ਨਹੀਂ ਤੁਰ ਕੇ ਆਉਣ ਦੀ, ਪਰ ਉਹ ਕਰਨੇ ਹਾਰਾ ਵੀ ਹੈ, ਮੈਨੂੰ ਪਤਾ ਆਪੇ ਜਾਣ ਕੇ ਕੁਝ ਨਾ ਕੁਝ ਕਰੇਗਾ, ਉਪਰਾਲਾ ਕਰੇਗਾ। ਇੱਛਾ ਇਹ ਹੈ ਕਿ ਗੁਰੂ ਹਰ ਰਾਏ ਮਹਾਰਾਜ ਜੀ ਮੇਰੇ ਘਰ ਵਿੱਚ ਆਉਣ, ਮੇਰੇ ਕੋਲ ਬੈਠ ਕੇ ਮੇਰੇ ਹੱਥੀਂ ਤਿਆਰ ਕੀਤਾ ਪ੍ਰਸ਼ਾਦਾ ਛਕਣ, ਉਸ ਮਾਈ ਦੀ ਇਹ ਇੱਛਾ। ਅਤੇ ਦੇਖੋ ਜਿਹੜਾ ਅੰਤਰਜਾਮੀ ਕਰਨਾ ਹਾਰਾ ਹੈ ਨਾ, ਉਹਨੇ ਉਪਰਾਲਾ ਕੀਤਾ, ਸਿੱਖਾਂ ਨੂੰ ਨਾਲ ਲਿਆ ਵੀ ਚਲੋ ਗੁਰੂ ਕੇ ਸਿੱਖੋ, ਕੋਈ ਯਾਦ ਕਰਦਾ, ਕੋਈ ਜੁੜਿਆ ਹੋਇਆ, ਜੁੜਿਆ ਰਹਿ ਸਕੇ, ਆਪਾਂ ਉਹਦੀ ਇੱਛਾ ਨੂੰ ਉਹਦੀ ਸ਼ਰਧਾ ਨੂੰ ਤੋੜਨਾ ਨਹੀਂ ਹੈ, ਅਸੀਂ ਕਿਸੇ ਦੀ ਸ਼ਰਧਾ ਨੂੰ ਤੋੜਨਾ, ਠੇਸ ਨਹੀਂ ਪਹੁੰਚਾਉਣੀ। ਅਤੇ ਉੱਥੇ ਗੁਰੂ ਹਰ ਰਾਏ ਮਹਾਰਾਜ ਜੀ ਉਸ ਮਾਈ ਤਾਬੋ ਦੇ ਘਰ ਵੀ ਗਏ, ਚਰਨ ਪਾਏ, ਅਤੇ ਉਹਨੇ ਇੱਕੋ ਬਚਨ ਕਿਹਾ, ਉਹ ਕਹਿੰਦੀ ਹੈ ਕਿ ਹੇ ਸਤਿਗੁਰੂ ਤੁਹਾਡੇ ਦਰਸ਼ਨ ਕੀਤੇ, ਦਰਸ਼ਨ ਦੇਖ ਜਿਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਹ ਆਖਦੀ ਹੈ ਮਾਲਕ ਜੀ ਅੰਦਰ ਸੱਚਾ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰਦੇਖਾ ਸਾਹਮਣੇ ਗੁਰੂ ਦੇ ਦਰਸ਼ਨ ਕੀਤੇ ਨਿਹਾਲ ਹੋ ਗਏ। ਅਤੇ ਜਦੋਂ ਭਾਵਨਾ ਪ੍ਰਗਟ ਕੀਤੀ ਪਾਤਸ਼ਾਹ ਮੇਰੇ ਘਰ ਵਿੱਚ ਆ ਤੇ ਗਏ ਹੋ, ਪਰ ਮੈਂ ਕਿਹੜਾ ਭੋਜਨ ਭਰੋਸਾ, ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ, ਮੈਂ ਤਾਂ ਸੋਚਿਆ ਹੀ ਨਹੀਂ, ਮੇਰੇ ਕੋਲ ਪਰੋਸਣ ਵਾਸਤੇ ਤਾਂ ਕੋਈ ਭੋਜਨ ਪਦਾਰਥ ਹੈ ਹੀ ਨਹੀਂ, ਤੁਸੀਂ 36 ਪ੍ਰਕਾਰ ਦੇ ਭੋਜਨ ਛਕਣ ਵਾਲੇ, ਕਿੰਨੇ ਤੁਸੀਂ ਲਾਂਗਰੀ ਰੱਖੇ ਹੋਏ, ਬੜੀ ਦੂਰ ਦੂਰ ਤੋਂ ਚੰਗੇ ਲਾਂਗਰੀ ਤੁਸੀਂ ਲਿਆ ਕੇ ਰੱਖੇ ਹੋਏ, ਚੰਗੇ ਪਕਵਾਨ ਤੁਹਾਡੇ ਘਰ ਦੇ ਵਿੱਚ ਪੱਕਦੇ ਹਨ, ਲੰਗਰ ਵਿੱਚ ਪੱਕਦੇ ਹਨ, ਸੰਗਤ ਨੂੰ ਤੁਸੀਂ ਛਕਾਉਂਦੇ ਹੋ, ਪਾਤਸ਼ਾਹ ਜੀ ਮੈਂ ਕੀ ਪਰੋਸ ਸਕਦੀ ਹਾਂ, ਮੈਂ ਤਾਂ ਗਰੀਬਣੀ ਹਾਂ ਨਾ, ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਅਤੇ ਦੇਖੋ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ, ਉਹ ਗੁਰੂ ਹਰ ਰਾਏ ਮਹਾਰਾਜ ਜੀ ਕਹਿੰਦੇ ਮਾਈ ਹੇ ਮਾਂ, ਜਿਹੜਾ 36 ਪ੍ਰਕਾਰ ਦੇ ਭੋਜਨਾਂ ਵਿੱਚ ਮਹਿਲਾਂ ਵਿੱਚ ਬੈਠ ਕੇ ਆਨੰਦ ਨਹੀਂ ਆਉਂਦਾ, ਸਾਨੂੰ ਪਤਾ ਹੈ ਗੁਰੂ ਨਾਨਕ ਨੇ ਉਹ ਕਿਰਪਾ ਕੀਤੀ ਝੁੱਗੀਆਂ ਵਿੱਚ ਬੈਠ ਕੇ, ਉਹ ਰੁੱਖੇ ਮਿੱਸੇ ਭੋਜਨ ਪ੍ਰਸ਼ਾਦੇ ਵਿੱਚ ਉਹ ਆਨੰਦ ਆ ਜਾਂਦਾ ਹੈ। ਬਾਣੀ ਅੰਦਰ ਸਾਹਿਬ ਨੇ ਕਿਹਾ, ਗੁਰਦੇਵ ਜੀ ਆਖਦੇ ਭਲੀ ਸੁਹਾਵੀ ਛਾਪਰੀ, ਜਾ ਮੈਂ ਗੁਣ ਗਾਏ ਉਸ ਮਾਈ ਦੀ ਝੁੱਗੀ ਵਿੱਚ ਬੈਠੇ ਭਾਗ ਲਾਏ, ਉੱਥੇ ਕੀਰਤਨ ਦੀ ਝੜੀ ਲੱਗੀ, ਗੁਰੂ ਕੇ ਸਿੱਖਾਂ ਨੇ ਗੁਰਬਾਣੀ ਦਾ ਕੀਤਾ ਜਾਪ, ਉਸ ਮਾਈ ਨੇ ਜੋ ਰੁੱਖਾ ਮਿੱਸਾ ਸੀ ਉਹੀ ਪਰੋਸਿਆ, ਅਤੇ ਗੁਰੂ ਹਰ ਰਾਏ ਮਹਾਰਾਜ ਜੀ ਦੇ ਕੁਛ ਜੁੜੇ ਹੋਏ ਫੁੱਲ ਨੂੰ ਤੋੜਦੇ ਨਹੀਂ ਕਿ ਤੂੰ ਕੀ ਬਣਾਇਆ, ਕੀ ਤਿਆਰੀ ਕੀਤੀ, ਅਸੀਂ ਆਏ ਹਾਂ, ਕੋਈ ਉਪਰਾਲਾ ਨਹੀਂ ਕੀਤਾ, ਨਾ ਜੁੜੇ ਹੋਏ ਨੂੰ ਹੋਰ ਬਲੀਭੂਤ ਕੀਤਾ। ਉੱਥੇ ਸਾਹਿਬ ਜੀ ਆਖਦੇ ਕਹਿੰਦੇ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਸੋ ਬਿਖੂ ਸਮਾਨ। ਇੱਕ ਮਿੰਟ ਬੇਨਤੀ ਸੁਣਿਓ, ਸਦਾ ਵਾਸਤੇ ਯਾਦ ਵੀ ਰੱਖਿਓ। ਕਈ ਵਾਰੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਕਈਆਂ ਨੂੰ ਸ਼ਾਇਦ ਗੱਲਾਂ ਚੰਗੀਆਂ ਨਾ ਲੱਗਣ, ਪਰ ਹਿੰਮਤ ਤਾਂ ਕਰਨੀ ਪਵੇਗੀ ਸੁਣਨ ਦੀ ਅਤੇ ਕਹਿਣ ਦੀ। ਕਈ ਵਾਰੀ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾਉਣ ਵਾਸਤੇ ਬੁਲਾਇਆ ਜਾਂਦਾ ਹੈ, 5 ਸਿੰਘ 2 ਸਿੰਘ 1 ਸਿੰਘ ਬੁਲਾਇਆ ਜਾਂਦਾ ਹੈ, ਸੰਗਤ ਦੀ ਸ਼ਰਧਾ ਹੈ, ਭਾਵਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵਿੱਚ ਸਿੱਖਾਂ ਨੂੰ ਬੁਲਾਇਆ ਜਾਂਦਾ ਸੀ, ਪਾਤਸ਼ਾਹ ਜੀ ਕਰੋ ਕਿਰਪਾ, ਤੁਹਾਡੇ ਗੁਰੂ ਕੇ ਸਿੱਖ ਇਹ ਸੂਰਮੇ ਇਹ ਸਿੰਘ ਆਉਣ, ਚਰਨ ਪਾਉਣ, ਲੰਗਰ ਪ੍ਰਸ਼ਾਦਾ ਛਕਾਉਣਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ, ਭਾਈ ਤੁਸੀਂ ਕਿੱਥੋਂ ਆਏ ਹੋ, ਲੰਗਰ ਛਕਾਉਣ ਵਾਸਤੇ ਤੁਸੀਂ ਕਹਿ ਰਹੇ ਹੋ, ਇੱਥੇ ਲੰਗਰ ਨਹੀਂ ਮਿਲਦਾ, ਇੱਥੇ ਰੋਟੀ ਭੋਜਨ ਪ੍ਰਸ਼ਾਦਾ ਕੋਈ ਚੀਜ਼ ਇੱਥੇ ਸਾਨੂੰ ਨਹੀਂ ਦਿੱਤੀ ਜਾਂਦੀ ਨਾ,
ਤੁਸੀਂ ਘਰੇ ਛਕਾਓਗੇ ਇੱਥੇ ਨਹੀਂ ਮਿਲਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਸਨ ਭਾਈ ਸਿੰਘੋ ਤੁਸੀਂ ਤੋਂ ਆ ਜਾਏਗਾ ਸਿੰਘ, ਇਹਨਾਂ ਨੇ ਜਾਣਾ ਹੈ, ਇਹ ਇਹਨਾਂ ਦੀ ਡਿਊਟੀ ਲਾਓ, ਇਹ ਜ਼ਰੂਰ ਜਾਣਗੇ। ਕੀ ਕਾਰਨ ਸੀ? ਗੁਰੂ ਘਰ ਵਿੱਚ ਲੰਗਰ ਵਧੀਆ ਪੱਕਦਾ ਹੈ, ਹਰੇਕ ਚੀਜ਼ ਮਿਲਦੀ ਹੈ, ਹਰੇਕ ਚੀਜ਼ ਬਣਦੀ ਹੈ, ਸੰਗਤ ਯਾਦ ਕਰਦੀ ਹੈ, ਗੁਰੂ ਸਾਹਿਬ ਜੀ ਫਿਰ ਵੀ ਕਹਿੰਦੇ ਜਾਓ ਤੁਸੀਂ। ਇਹਨੂੰ ਅਸੀਂ ਤਰੀਕੇ ਨਾਲ ਨਹੀਂ ਲਿਆ, ਬੇਨਤੀ ਕਿ ਹਰੇਕ ਗੱਲ ਨੂੰ ਸਮਝਣੀ ਹੁੰਦੀ ਸੀ, ਅਸੀਂ ਸਮਝਦੇ ਨੇ, ਉੱਤੋਂ ਫਾਰਮੈਲਿਟੀਆਂ ਕੀਤੀਆਂ ਅਤੇ ਚਲੇ ਗਏ ਖਤਮ ਕਹਾਣੀ। ਉਹਦਾ ਮਤਲਬ ਇਹ ਸੀ ਭਾਈ ਤੁਸੀਂ ਲੰਗਰ ਅਤੇ ਭੋਜਨ ਪ੍ਰਸ਼ਾਦਾ ਉੱਥੇ ਵੀ ਛੱਕ ਸਕਦੇ ਹੋ, ਗੁਰੂ ਘਰ ਵਿੱਚ ਵੀ ਬੜਾ ਸਵਾਦਿਸ਼ਟ ਭੋਜਨ ਪੱਕਦਾ ਹੈ, ਅਸੀਂ ਵੀ ਪਕਾਉਂਦੇ ਹਾਂ, ਰੋਜ਼ ਪਕਾਉਂਦੇ ਹਾਂ, ਸਵਾਦਿਸ਼ਟ ਭੋਜਨ ਪਕਾਉਂਦੇ ਹਾਂ, ਪਰ ਜਿਹੜੀ ਗੁਰਮਤ ਦੀ ਗੱਲ ਤੁਸੀਂ ਬੈਠ ਕੇ ਸਾਡੇ ਵਿੱਚ ਕਰਨੀ ਹੈ ਨਾ, ਉਹ ਅਸੀਂ 36 ਪ੍ਰਕਾਰ ਦੇ ਭੋਜਨ ਪਕਾ ਕੇ ਵੀ ਉਹ ਗੁਰਮਤ ਨਹੀਂ ਸਿੱਖ ਸਕਦੇ। ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਾਨੂੰ ਆਓ, ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ, ਸਾਡੀ ਗੱਲ ਨਹੀਂ ਸੁਣਦੇ, ਭਾਈ ਸਾਹਿਬ ਤੁਸੀਂ ਕਹਿ ਕੇ ਜਾਓ ਕਿ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ। ਉਹ ਘਰ ਵਿੱਚ ਗੁਰੂ ਕੇ ਸਿੱਖ ਨੂੰ ਬੁਲਾਉਣ ਦਾ ਮਕਸਦ ਇਹ ਹੁੰਦਾ ਹੈ, ਪੰਜ ਗੁਰੂ ਕੇ ਸਿੱਖੋ ਆਓ, ਸਾਨੂੰ ਮੱਤ ਦਿਓ, ਬਜ਼ੁਰਗਾਂ ਨੂੰ ਮੱਤ ਦਿਓ, ਬੱਚਿਆਂ ਨੂੰ ਮੱਤ ਦਿਓ, ਗੁਰਮਤਿ ਕੋਈ ਗੱਲ ਸੁਣਾ ਕੇ ਜਾਓ, ਨਾਲੇ ਭੋਜਨ ਛੱਕ ਦਿਓ, ਬੈਠੇ ਹੀ ਉਹ ਲੰਗਰ ਛੱਕ ਲਓ। ਲੰਗਰ ਇੱਕ ਬਹਾਨਾ ਸੀ, ਲੰਗਰ ਇੱਕ ਬਹਾਨਾ ਸੀ। ਅਸੀਂ ਸੋਚਿਆ ਕਿ ਲੰਗਰ ਦੀ ਪ੍ਰਧਾਨਤਾ ਪਹਿਲਾਂ ਗੁਰਮਤ ਹੈ, ਪਹਿਲਾਂ ਵਿੱਦਿਆ ਹੈ, ਪਹਿਲਾਂ ਗੋਸ਼ਟੀ ਹੈ। ਜੇ ਗੁਰੂ ਨਾਨਕ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਂਦੇ ਤੇ ਨਾ, ਉਹ ਤੇ ਲੰਗਰ ਇੱਕ ਬਹਾਨਾ ਹੈ, ਗੁਰੂ ਨਾਨਕ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਸਨ। ਬੈਠੋ ਭੁੱਖੇ ਸਾਧੂ, ਤੁਸੀਂ ਰੱਬ ਦੇ ਪਿਆਰੇ ਹੋ, ਤੁਹਾਡੇ ਵਿੱਚ ਭਗਤੀ ਹੈ, ਤੁਹਾਡੇ ਵਿੱਚ ਨਿਮਰਤਾ ਹੈ, ਤੁਸੀਂ ਘਰ ਘਰ ਜਾਂਦੇ ਹੋ, ਦੂਰ ਦੂਰ ਜਾਂਦੇ ਹੋ, ਆ ਗੁਰਮਤਿ ਦੇ ਰੱਬ ਦੇ ਘਰ ਦੇ ਸੁਨੇਹੇ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਇਆ ਕਰੋ। ਉਹ ਗੱਲ ਸਮਝਾਉਣ ਵਾਸਤੇ, ਗੱਲ ਕਰਨ ਵਾਸਤੇ ਉਹਨਾਂ ਨੂੰ ਬਿਠਾਉਣਾ ਜ਼ਰੂਰੀ ਸੀ, ਅਤੇ ਜਿਹਨੂੰ ਬਿਠਾਉਣਾ ਹੈ ਉਹਨੂੰ ਭੋਜਨ ਛਕਾਉਣਾ ਜ਼ਰੂਰੀ ਬਣ ਜਾਂਦਾ ਹੈ। ਭੋਜਨ ਪ੍ਰਸ਼ਾਦੇ ਦੀ ਗੱਲ ਦੂਜੇ ਨੰਬਰ 'ਤੇ ਹੈ। ਪਹਿਲਾਂ ਗੱਲ ਸੀ ਕਿ ਅਸੀਂ ਬੈਠੀਏ, ਗੁਰਮਤਿ ਸਾਂਝੀ ਕਰੀਏ, ਸਾਡੇ ਵਿੱਚ ਗੁਰਮਤਿ ਦੀ ਗੱਲ ਹੋਵੇ, ਅਤੇ ਇਹੀ ਤੇ ਕਾਰਨ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ। ਸਿੱਧ ਗੋਸ਼ਟ, ਸਿੱਧ ਗੋਸ਼ਟ ਦਾ ਮਤਲਬ ਸੀ ਸਿੱਧਾਂ ਦੇ ਨਾਲ ਕੀਤੀ ਹੋਈ ਗੋਸ਼ਟੀ, ਉਹਨਾਂ ਸਾਧੂਆਂ ਨਾਲ ਕੀਤੀ ਹੋਈ ਗੋਸ਼ਟੀ। ਕੀ ਲੋੜ ਪੈ ਗਈ ਗੁਰੂ ਨਾਨਕ ਨੂੰ ਸਿੱਧਾਂ ਦੇ ਨਾਲ ਜਾ ਕੇ ਗੋਸ਼ਟੀ ਕਰਨ ਦੀ? ਉਹਦਾ ਮਤਲਬ ਇਹ ਸੀ ਕਿ ਰੱਬ ਦੀ ਗੱਲ ਸੁਣਨ, ਮੈਂ ਰੱਬ ਦੀ ਗੱਲ ਕਰਾਂ, ਇਹ ਰੱਬ ਦੇ ਘਰ ਦੀਆਂ ਗੱਲਾਂ ਕਰਨ, ਮੈਂ ਸੁਣਾ, ਇਹੀ ਮੈਸੇਜ ਲੋਕਾਂ ਦੇ ਘਰ ਘਰ ਪਹੁੰਚਾਉਣਗੇ। ਇਹ ਗੁਰੂ ਨਾਨਕ ਦਾ ਮੀਡੀਆ ਹੈ। ਸੁਣੋ ਬੇਨਤੀ, ਗੁਰੂ ਨਾਨਕ ਨੇ ਇਸ ਤਰ੍ਹਾਂ ਮੀਡੀਆ ਤਿਆਰ ਕੀਤਾ, ਉਹਨਾਂ ਸਾਧੂਆਂ ਨੂੰ ਭੋਜਨ ਵੀ ਛਕਾਇਆ, ਰੱਬ ਦੇ ਘਰ ਦੀ ਗੱਲ ਵੀ ਸੁਣਾਈ, ਅਤੇ ਚਲੋ ਹੁਣ ਘਰ ਘਰ ਜਾਓ, ਇਹੀ ਗੱਲ ਦੂਰ ਤੱਕ ਪਹੁੰਚਾਓ। ਇਹ ਗੁਰੂ ਨਾਨਕ ਦਾ ਮੀਡੀਆ ਸੀ। ਅਸੀਂ ਲੰਗਰ ਵਾਲੇ ਪਾਸੇ ਜ਼ੋਰ ਦੇ ਕੇ ਉਹ ਦੂਜੀ ਗੱਲ ਉਹਨੂੰ ਦੱਬ ਕੇ ਰੱਖ ਦਿੱਤਾ, ਨਹੀਂ ਸਮਝ ਸਕੇ। ਗੁਰੂ ਹਰਗੋਬਿੰਦ ਮਹਾਰਾਜ ਜੀ ਆਪਣੇ ਪੋਤਰੇ ਨੂੰ ਕੁਝ ਸਮਝਾਉਂਦੇ ਹਨ, ਅਤੇ ਗੁਰੂ ਹਰ ਰਾਏ ਮਹਾਰਾਜ ਜੀ ਉਹ ਗੱਲ ਨੂੰ ਸਾਰੀ ਉਮਰ ਪੱਲੇ ਬੰਨ ਕੇ ਰੱਖਦੇ ਹਨ ਕਿ ਨਹੀਂ ਭਾਈ, ਜੁੜਿਆ ਹੋਇਆ ਨੂੰ ਤੋੜਨਾ ਨਹੀਂ, ਟੁੱਟਿਆ ਹੋਇਆ ਨੂੰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜੋੜ ਸਕੀਏ। ਵੈਦਖਾਨੇ ਖੋਲ੍ਹੇ, ਅੱਜ ਗੁਰੂ ਘਰਾਂ ਵਿੱਚ ਕਈ ਥਾਂ 'ਤੇ ਡਿਸਪੈਂਸਰੀਆਂ, ਇਹ ਗੁਰੂ ਹਰ ਰਾਏ ਮਹਾਰਾਜ ਜੀ ਦੀ ਦੇਣ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਣ। ਆਪਣੇ ਸਮੇਂ ਦੇ ਵਿੱਚ ਕੀਰਤਪੁਰ ਦੀ ਧਰਤੀ 'ਤੇ ਗੁਰੂ ਸਾਹਿਬ ਜੀ ਨੇ ਇਹ ਵੀ ਉਪਰਾਲਾ ਕੀਤਾ ਕਿ ਕੋਈ ਰੋਗੀ, ਕੋਈ ਲੋੜਵੰਦ, ਕੋਈ ਮੁਥਾਜ, ਕੋਈ ਗਰੀਬ ਬਿਨਾਂ ਮੈਡੀਸਨ ਤੋਂ, ਬਿਨਾਂ ਟ੍ਰੀਟਮੈਂਟ ਤੋਂ ਕਿਤੇ ਪ੍ਰਾਣ ਨਾ ਤਿਆਗ ਦੇਵੇ। ਉਹਨਾਂ ਟੁੱਟਿਆ ਹੋਇਆਂ ਨੂੰ ਜੋੜਨਾ ਹੈ, ਟੁੱਟਿਆ ਹੋਇਆਂ ਨੂੰ ਜੋੜਨਾ ਹੈ। ਅੱਜ ਸਰਕਾਰਾਂ ਜਿਹੜੀ ਗੱਲ ਕਹਿੰਦੀਆਂ ਨੇ ਨਾ ਕਿ ਤੁਸੀਂ ਟੈਕਸ ਪੇ ਕਰੋ, ਟੈਕਸ ਪੇ ਕਰੋ। ਉਹ ਟੈਕਸ ਕਿਉਂ ਪੇ ਕੀਤਾ ਜਾਂਦਾ? ਤਾਂ ਕਿ ਸਾਰਿਆਂ ਦਾ ਇੱਕੋ ਬਰਾਬਰ ਧਿਆਨ ਰੱਖਿਆ ਜਾ ਸਕੇ। ਜਿਹੜੀ ਤੁਸੀਂ ਸੰਪੱਤੀ ਉਹਨਾਂ ਨੂੰ ਜਮ੍ਹਾਂ ਕਰਾਓਗੇ, ਰੁਪਿਆ, ਡਾਲਰ, ਕੁਝ ਵੀ,
ਉਹ ਆਪਣੇ ਯੋਗ ਤਰੀਕੇ ਨਾਲ ਸਾਰਿਆਂ ਦੇ ਵਿੱਚ ਬਰਾਬਰ ਸੇਵਾ ਕਰਨਗੇ, ਉਹਨਾਂ ਦਾ ਮਤਲਬ ਇਹ ਸੀ। ਪਰ ਅੱਜ ਜਿਹੜੀ ਸਰਕਾਰਾਂ ਨੂੰ ਅਕਲ ਆਈ ਉਹ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਪਹਿਲਾਂ ਹੀ ਚਲਾਈ ਹੋਈ ਸੀ, ਅਸੀਂ ਸਮਝੇ ਨਹੀਂ। ਗੁਰੂ ਨੇ ਕਿਹਾ ਸੀ ਗੁਰੂ ਘਰ ਦਸਵੰਧ ਭੇਟ ਕਰੋ, ਉਹਦਾ ਮਤਲਬ ਇਹ ਟੈਕਸ ਪੇ ਸੀ ਗੁਰੂ ਘਰ ਦਾ, ਤੁਸੀਂ ਆਪਣੀ ਕਮਾਈ ਵਿੱਚੋਂ ਦਸਵੰਧ ਗੁਰੂ ਘਰ ਭੇਟ ਕਰੋ। ਇੱਥੇ ਭੇਟ ਕੀਤਾ ਹੋਇਆ ਖਜ਼ਾਨੇ ਵਿੱਚ ਪਏਗਾ, ਲੰਗਰਾਂ ਵਿੱਚ ਪਏਗਾ। ਹੁਣ ਜਿਹਨੇ 10,000 ਵੀ ਦਿੱਤੇ ਹਨ ਉਹ ਵੀ ਬੈਠ ਸਕਦਾ ਹੈ, ਜਿਹਨੇ 10 ਰੁਪਏ ਦਿੱਤੇ ਹਨ ਉਹ ਵੀ ਬੈਠ ਸਕਦਾ ਹੈ, ਬਰਾਬਰ ਲੰਗਰ ਮਿਲੇਗਾ। ਮਤਲਬ ਇਹ ਸੀ ਦਸਵੰਧ ਮਰਿਆਦਾ ਦਾ ਭਾਵ ਇਹ ਸੀ, ਸਾਰਿਆਂ ਨੂੰ ਬਰਾਬਰ ਬੈਠਣ ਦੀ ਥਾਂ, ਲੰਗਰ ਛਕਣ ਦੀ ਥਾਂ, ਬਾਕੀ ਦੀ ਸਹੂਲਤਾਂ ਕਥਾ ਕੀਰਤਨ ਲੰਗਰ ਸਭ ਕੁਝ ਬਰਾਬਰ ਮਿਲ ਸਕੇ, ਇਹ ਗੁਰੂ ਸਾਹਿਬ ਜੀ ਦੀ ਪਹਿਲੀ ਸੋਚ ਸੀ। ਸਰਕਾਰਾਂ ਨੂੰ ਬਾਅਦ ਵਿੱਚ ਅਕਲ ਆਉਂਦੀ ਹੈ, ਅਸੀਂ ਕਹਿੰਦੇ ਕਿ ਫਲਾਣੇ ਮੁਲਕ ਦੇ ਵਿੱਚ ਵੀ ਇਹ ਲਾਭ ਬੜਾ ਚੰਗਾ ਹੈ, ਇਹ ਕਾਨੂੰਨ ਬੜਾ ਚੰਗਾ ਹੈ, ਪਰ ਉਹ ਨਿਕਲਿਆ ਤਾਂ ਇਤਿਹਾਸ ਵਿੱਚੋਂ ਹੀ ਹੈ, ਅਸੀਂ ਇਤਿਹਾਸ ਵੱਲ ਧਿਆਨ ਨਹੀਂ ਦਿੱਤਾ ਅਤੇ ਸਰਕਾਰਾਂ ਨੂੰ ਅਸੀਂ ਸਲਾਉਂਦੇ ਹਾਂ। ਮੁਲਕਾਂ ਵਿੱਚ ਜਾ ਕੇ ਕੋਈ ਕੈਨੇਡਾ ਬੈਠਾ, ਕੋਈ ਇੰਗਲੈਂਡ ਬੈਠਾ, ਕੋਈ ਅਮੈਰੀਕਾ ਬੈਠਾ ਕਿ ਸਰਕਾਰ ਦਾ ਆਹ ਕੰਮ ਬੜਾ ਵਧੀਆ, ਨਹੀਂ ਪਹਿਲਾਂ ਗੁਰੂ ਨੇ ਸ਼ੁਰੂ ਕੀਤਾ ਸੀ, ਤੂੰ ਸਮਝਿਆ ਨਹੀਂ ਹੈ। ਇਹ ਤਾਂ ਸਰਕਾਰਾਂ ਕੋਲ ਬਾਅਦ ਵਿੱਚ ਗੱਲ ਆਈ ਹੈ, ਕੋਈ ਗੱਲ ਲੈ ਲਓ ਗੱਲ ਸਮਝਣ ਦੀ ਸੀ। ਫਿਰ ਗੁਰੂ ਹਰਿਰਾਏ ਮਹਾਰਾਜ ਜੀ ਨੇ ਬੈਦਖਾਨੇ ਖੋਲ੍ਹੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਹੁਣ ਸੁਣਿਓ ਬੇਨਤੀ, ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ। ਦਿੱਲੀ ਦਾ ਤਖ਼ਤ ਕੰਬਿਆ, ਸਾਰੇ ਅਹਿਲਕਾਰ ਜਿੰਨੇ ਵੀ ਨੁਮਾਇੰਦੇ ਸਨ ਦੌੜ ਭੱਜ ਵਿੱਚ ਲੱਗੇ ਹੋਏ ਹਨ, ਹਾਹਾਕਾਰ ਮਚੀ ਹੋਈ ਹੈ ਦਰਬਾਰ ਦੇ ਵਿੱਚ। ਕੀ ਕਾਰਨ ਹੈ? ਵੈਦ ਹਕੀਮ ਮੁਲਕਾਂ ਤੋਂ ਦੂਰ ਦੂਰ ਤੋਂ ਬੁਲਾਏ ਜਾ ਰਹੇ ਹਨ। ਅੱਜ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਆਖਰੀ ਸਵਾਸਾਂ 'ਤੇ ਹੈ। ਨੌਜਵਾਨ ਬੱਚਾ ਮਾਤਾ ਪਿਤਾ ਦੇ ਸਾਹਮਣੇ ਚੜ੍ਹਾਈ ਕਰਦਾ ਹੋਵੇ, ਨਹੀਂ ਕੋਈ ਦੇਖ ਸਕਦਾ, ਇਹ ਦੁੱਖ ਨਹੀਂ ਸਹਾਰਿਆ ਜਾਂਦਾ। ਵਜ਼ੀਰ ਆਉਂਦੇ ਹਨ, ਸੈਨਾਪਤੀ ਆਉਂਦੇ ਹਨ, ਸਾਰੇ ਦੋਸਤ ਮਿੱਤਰ ਰਾਜੇ ਮਹਾਰਾਜੇ ਇਕੱਠੇ ਹੁੰਦੇ ਹਨ ਵੀ ਕੀ ਕਰ ਸਕਦੇ ਹਨ, ਦੱਸੋ ਬਾਦਸ਼ਾਹ। ਉਹ ਕਹਿੰਦੇ ਮੇਰੇ ਪੁੱਤਰ ਦਾ ਇਲਾਜ ਹੋ ਜਾਵੇ। ਉਹ ਰੱਬ ਜੇ ਪੁੱਤਰ ਨੇ ਮੁੱਛਦਾ ਵਾਲ, ਸ਼ੇਰ ਦੀ ਮੁੱਛਦਾ ਵਾਲ ਨੂੰ ਭੋਜਨ ਵਿੱਚ ਖਵਾ ਦਿੱਤਾ, ਜਿਹਦਾ ਕਿਤੇ ਵੀ ਇਲਾਜ ਨਹੀਂ ਹੈ, ਇਸ ਗੱਲ ਦਾ ਟ੍ਰੀਟਮੈਂਟ ਕਿਤੇ ਨਹੀਂ ਹੋ ਸਕਦਾ। ਅੱਜ ਵੀ ਕਈ ਬਿਮਾਰੀਆਂ ਐਸੀਆਂ ਜਿਹੜੀ ਲਾ ਇਲਾਜ ਹਨ, ਨਹੀਂ ਇਲਾਜ ਲੱਭਿਆ ਉਹਨਾਂ ਦਾ। ਪਰ ਉਹ ਸਮਝਦੇ ਸਨ ਕਿ ਇਹ ਜਿਹੜੀ ਬਿਮਾਰੀ ਹੈ ਨਾ, ਇਹਦਾ ਕਿਤੇ ਇਲਾਜ ਨਹੀਂ ਹੈ, ਸਾਰੇ ਵੈਦ ਹਕੀਮ ਨੀਵੀਂ ਪਾ ਕੇ ਬੈਠੇ ਹਨ। ਕੋਈ ਗੁਰੂ ਘਰ ਨਾਲ ਜੁੜਿਆ ਹੋਵੇਗਾ, ਉਹਨੇ ਆ ਕੇ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਹੜਾ ਕੰਮ ਕਿਤੇ ਨਾ ਹੋਵੇ ਨਾ, ਉਹ ਕੰਮ ਗੁਰੂ ਘਰ ਹੁੰਦਾ ਹੈ। ਕਿਹੜੇ ਗੁਰੂ ਘਰ ਦੀ ਗੱਲ ਕਰਦੇ? ਕੀਰਤਪੁਰ ਸਾਹਿਬ ਸੱਤਵੇਂ ਪਾਤਸ਼ਾਹ ਹਰਿਰਾਏ ਮਹਾਰਾਜ ਜੀ, ਉੱਥੇ ਇਹ ਗੱਲ ਮੁਨਾਸਿਬ ਹੈ, ਉੱਥੇ ਇਸ ਗੱਲ ਨੂੰ ਕੀਤਾ ਜਾ ਸਕਦਾ ਹੈ, ਕਾਰਜ ਹੋ ਸਕਦਾ ਹੈ। ਕਿਵੇਂ ਕੀਤਾ ਜਾ ਸਕਦਾ ਹੈ? ਇਸ ਬੱਚੇ ਦੇ ਇਲਾਜ ਵਾਸਤੇ ਮੈਨੂੰ ਯਕੀਨ ਹੈ, ਮੈਨੂੰ ਭਰੋਸਾ ਹੈ ਕਿ ਉੱਥੇ ਕੋਈ ਨਾ ਕੋਈ ਮੈਡੀਸਨ ਟ੍ਰੀਟਮੈਂਟ, ਕੋਈ ਨਾ ਕੋਈ ਔਸ਼ਧੀ ਦਵਾ ਦਾਰੂ ਬੂਟੀ ਜ਼ਰੂਰ ਮਿਲ ਜਾਵੇਗੀ, ਮੈਨੂੰ ਯਕੀਨ ਹੈ। ਕਿਸੇ ਨੇ ਆ ਕੇ ਸਲਾਹ ਦਿੱਤੀ। ਬਾਦਸ਼ਾਹ ਕਹਿੰਦਾ ਕਿ ਕਿਹੜੇ ਮੂੰਹ ਨਾਲ ਜਾਈਏ, ਕਿਹੜੇ ਮੂੰਹ ਨਾਲ ਜਾਈਏ? ਉਹਨਾਂ ਦੇ ਪਿਓ ਦਾਦਿਆਂ ਨੂੰ, ਗੁਰੂ ਹਰਿਰਾਏ ਮਹਾਰਾਜ ਜੀ ਦੇ ਦਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ, ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਸਾਹਿਬ ਜੀ, ਇੱਧਰ ਸ਼ਾਹਜਹਾਂ ਦੇ ਪਿਤਾ ਜਹਾਂਗੀਰ, ਜਹਾਂਗੀਰ ਜਿਹਨੇ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਤੀਆਂ ਤਵੀਆਂ 'ਤੇ ਬਿਠਾਇਆ ਸੀ। ਕਿਹੜਾ ਮੂੰਹ ਲੈ ਕੇ ਜਾਈਏ? ਉਹਨਾਂ ਦੇ ਪਿਓ ਦਾਦਿਆਂ ਨੂੰ ਅਤੇ ਸਾਡੇ ਪਿਓ ਦਾਦਿਆਂ ਨੇ ਤਤੀਆਂ ਤਵੀਆਂ 'ਤੇ ਬਿਠਾਇਆ, ਸੀਸ ਵਿੱਚ ਰੇਤ ਪਾਈ, ਉਹਨਾਂ ਨੂੰ ਉਬਲਦੀਆਂ ਦੇਗਾਂ ਵਿੱਚ ਉਬਾਲਿਆ, ਕਿਹੜਾ ਮੂੰਹ ਲੈ ਕੇ ਜਾਈਏ? ਉੱਥੇ ਸਾਨੂੰ ਧੱਕੇ ਮਾਰਨਗੇ, ਉੱਥੇ ਜਾਂਦਿਆਂ ਸਾਰਾ ਹੱਲਾ ਬੋਲ ਦੇਣਗੇ, ਸਾਨੂੰ ਘੇਰ ਕੇ ਮਾਰ ਦੇਣਗੇ, ਕੁਚਲ ਦੇਣਗੇ, ਕਿਹੜਾ ਮੂੰਹ ਲੈ ਕੇ ਜਾਈਏ? ਨਹੀਂ ਬਾਦਸ਼ਾਹ ਸਲਾਮਤ, ਇਹ ਤੁਹਾਨੂੰ ਭੁਲੇਖਾ ਹੈ,
ਇੱਕੋ ਇੱਕ ਘਰ ਤੇ ਐਸਾ ਹੈ ਜਿਹੜਾ ਅੰਤਰਜਾਮੀ ਹੈ, ਜਿਹੜਾ ਕਰਨਿਆਰਾ ਹੈ, ਆਏ ਹੋਏ ਦੀ ਉਹ ਪੈਜ ਰੱਖਦੇ ਹਨ, ਬਾਂਹ ਪਕੜਦੇ ਹਨ, ਧੱਕੇ ਨਹੀਂ ਮਾਰਦੇ। ਇੱਕੋ ਇੱਕ ਘਰ ਹੈ ਜਿਸ ਘਰ ਵਿੱਚ ਪੜ੍ਹਿਆ ਜਾਂਦਾ ਹੈ, ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ ਨੂੰ ਪਾਈ, ਉੱਤੇ ਪੜ੍ਹਿਆ ਜਾਂਦਾ, ਰੋਜ਼ ਪੜ੍ਹਿਆ ਜਾਂਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਕਲ ਸੰਗ ਹਮ ਕੋ ਬਣ ਆਈ। ਅੱਜ ਦਾ ਸਮਾਜ ਇਹੋ ਜਿਹਾ ਭਰਾ ਭਰਾ ਦਾ ਭਲਾ ਕਰਕੇ ਖੁਸ਼ ਨਹੀਂ, ਸਾਡਾ ਇਤਿਹਾਸ ਇਹੋ ਜਿਹਾ ਜਿੱਥੇ ਗੁਰੂਆਂ ਨੇ ਉਹਨਾਂ ਦੀ ਵੀ ਪੱਤ ਰੱਖੀ, ਲਾਜ ਰੱਖੀ, ਜਿਨ੍ਹਾਂ ਦੇ ਪਿਓ ਦਾਦਿਆਂ ਨੇ ਸਾਡੇ ਪਿਓ ਦਾਦਿਆਂ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਸੀ। ਇੰਨੀ ਵੱਡੀ ਨਿਰਵੈਰ ਭਾਵਨਾ ਕਿਤੇ ਨਹੀਂ ਮਿਸਾਲ ਮਿਲਣੀ ਸਾਨੂੰ। ਉਤਰਿਆ ਬਾਦਸ਼ਾਹ, ਆਪਣੇ ਪੁੱਤਰ ਨੂੰ ਲੈ ਕੇ ਹਾਜ਼ਰ ਹੋਇਆ, ਗਲ ਵਿੱਚ ਪਰਨਾ ਪਾਇਆ, ਗੁਰੂ ਘਰ ਪਹੁੰਚਿਆ, ਹਰ ਰਹੇ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਪਾਤਸ਼ਾਹ ਪਿਛਲੀਆਂ ਭੁੱਲਾਂ ਬਖਸ਼ ਦਿਓ, ਮਹਾਰਾਜ ਦਾਤਾ ਜੀ ਉਹ ਬਖਸ਼ ਦਿਓ, ਕੋਟ ਅਪਰਾਧ ਇੱਥੋਂ ਸ਼ੁਰੂ ਕੀਤਾ ਆਪਾਂ ਨੇ, ਕੋਟ ਅਪਰਾਧ ਹਮਾਰੇ ਖੰਡੋ, ਖੰਡ ਦਿਓ ਮਾਲਕ ਜੀ ਉਹ ਸਾਰੇ ਔਗਣ, ਕਿਰਪਾ ਕਰੋ, ਆਹ ਬੱਚਾ ਤੜਪ ਰਿਹਾ ਮੇਰਾ, ਇਹ ਕਿਤੇ ਪ੍ਰਾਣ ਨਾ ਤਿਆਗ ਦੇਵੇ, ਸੁਣਿਆ ਕਿ ਤੁਹਾਡੇ ਘਰ ਦੇ ਵਿੱਚ ਇਲਾਜ ਹੈ, ਇਲਾਜ ਹੈ। ਗੱਲ ਯਾਦ ਆ ਗਈ ਹਰ ਰਾਏ ਪਾਤਸ਼ਾਹ ਜੀ ਨੂੰ ਕਿ ਅਸੀਂ ਟੁੱਟਿਆ ਹੋਇਆ ਉਹਨੂੰ ਜੋੜਨਾ ਹੈ, ਜੁੜਿਆ ਹੋਇਆ ਉਹਨੂੰ ਤੋੜਨਾ ਨਹੀਂ। ਕਹਿ ਸਕਦੇ ਸਨ ਕਿ ਤੁਸੀਂ ਸਾਡੇ ਨਾਲ ਕੀ ਕੀਤਾ, ਅਸੀਂ ਵੀ ਉਮੀਦ ਕਰਾਂਗੇ, ਜਾਓ ਨਿਕਲ ਜਾਓ ਇੱਥੋਂ, ਤੁਹਾਨੂੰ ਕੋਈ ਪਨਾਹ ਨਹੀਂ ਮਿਲੇਗੀ, ਕੋਈ ਥਾਂ ਨਹੀਂ ਮਿਲੇ, ਕੋਈ ਟ੍ਰੀਟਮੈਂਟ, ਕੋਈ ਇਲਾਜ ਨਹੀਂ ਹੈ, ਤੁਸੀਂ ਸਾਡੇ ਨਾਲ ਕੀ ਕਰਦੇ ਹੋ, ਅਸੀਂ ਤੁਹਾਡੀ ਕਿਉਂ ਰੱਖੀਏ, ਕਹਿ ਸਕਦੇ ਸਨ। ਪਰ ਨਹੀਂ, ਇੱਕ ਘਰ ਅੰਤਰਜਾਮੀ ਅਤੇ ਦੂਜੀ ਗੱਲ ਕਰਨੇ ਹਾਰਾ, ਇਹ ਕਰਦੇ ਹਨ, ਕਰਕੇ ਵਿਖਾਇਆ। ਸ਼੍ਰੀ ਗੁਰੂ ਹਰ ਰਾਏ ਮਹਾਰਾਜ ਜੀ ਨੇ ਮੀਟਿੰਗ ਸੱਦੀ, ਸਾਰੇ ਵੈਦ ਹਕੀਮ ਸਾਰਿਆਂ ਸਿਆਣਿਆਂ ਨੂੰ ਬੁਲਾਇਆ ਬਿਠਾਇਆ, ਬਈ ਅੱਜ ਬਾਦਸ਼ਾਹ ਦੀ ਲੋੜ ਹੈ, ਸਰਕਾਰੇ ਦਰਬਾਰੇ ਹੋ, ਭਾਵੇਂ ਸਾਡੇ ਵਿਰੋਧੀ ਰਹੇ ਹਨ, ਪਰ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਨਾ, ਜੋ ਸ਼ਰਨ ਆਵੈ ਅਤੇ ਸਿਕੱਠ ਲਗਾਵੈ, ਇਹ ਬਿਰਧ ਸੁਆਮੀ ਸੰਦਾ ਸਦ ਬਲਿਹਾਰ, ਉਹ ਸਦਾ ਬਲਿਹਾਰੀ ਹੈ, ਸਦ ਬਲਿਹਾਰੀ ਸਦਾ ਬਖਸ਼ਿੰਦ, ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਤਸ਼ਾਹ, ਪਰਿਓ ਰਾਖ ਲਿਹੋ ਇਹ ਬਾਰੀ, ਉਹ ਰੱਖਣ ਵਾਲਾ ਹੈ। ਅਤੇ ਉਸ ਗੁਰੂ ਨੇ ਉਪਰਾਲਾ ਕੀਤਾ ਕਿ ਇਸ ਬੱਚੇ ਨੂੰ ਇਹ ਰੋਗ ਹੈ, ਵੈਦੋ ਹਕੀਮੋ ਕਿਵੇਂ ਮਰਜ਼ੀ ਟ੍ਰੀਟਮੈਂਟ ਤਿਆਰ ਕਰੋ, ਇਲਾਜ ਤਿਆਰ ਕਰੋ, ਇਸ ਬੱਚੇ ਨੂੰ ਦਰੁਸਤ ਕਰਕੇ ਵਿਖਾਉਣਾ ਹੈ। ਅਤੇ ਕੁਝ ਦਿਨਾਂ ਦੇ ਵਿੱਚ ਉਹ ਬੱਚਾ ਨਵਾਂ ਨਰੋਆ ਹੋਆ, ਦਾਰਾ ਛਕੋ ਉਹਦਾ ਰੋਗ ਕੱਟਿਆ ਗਿਆ। ਅਤੇ ਦੇਖੋ ਕਈ ਦਿਨ ਕੀਰਤਪੁਰ ਸਾਹਿਬ ਵਿਖੇ ਰਹੇ, ਗੁਰਬਾਣੀ ਦਾ ਪਾਠ ਸੁਣਿਆ, ਪ੍ਰਚਾਰ ਸੁਣਿਆ, ਕਥਾ ਕੀਰਤਨ ਸੁਣਿਆ, ਅਤੇ ਜਿਸ ਦਿਨ ਉਹ ਬੱਚਾ ਨਵਾਂ ਨਰੋਇਆ ਹੋਇਆ, ਜਿਹਨੂੰ ਚੁੱਕ ਕੇ ਪਾਲਕੀ ਵਿੱਚ ਲਿਆਇਆ ਜਾ ਰਿਹਾ ਸੀ, ਆਪ ਅੱਜ ਛਾਲਾਂ ਮਾਰਦਾ ਹੋਇਆ ਦਰਬਾਰ ਤੋਂ ਜਾ ਰਿਹਾ ਸੀ, ਅਤੇ ਗੁਰੂ ਕੇ ਸਿੰਘ ਪੜ੍ਹ ਰਹੇ ਸਨ, ਅੱਜ ਹਿੰਦੁਸਤਾਨ ਦਾ ਬਾਦਸ਼ਾਹ ਵੀ ਜਾਂਦਾ ਜਾਂਦਾ ਪੜ੍ਹ ਰਿਹਾ ਸੀ, ਸਤਿਗੁਰ ਸਭਨਾ ਦਾ ਭਲਾ ਮਨਾਇਣ ਦਾ ਇਸ ਦਾ ਬੁਰਾ ਕਿਉਂ ਹੋਏ। ਇਹ ਤੇ ਉਹ ਗੁਰੂ ਹੈ ਜਿਹੜਾ ਅੰਤਰਜਾਮੀ ਕਰਨੇ ਹਾਰਾ ਹੈ, ਤੇ ਸੰਸਾਰ ਦੇ ਸਾਰੇ ਜੀਆਂ ਦਾ ਭਲਾ ਮਨਾਉਂਦਾ ਹੈ। ਸਿੱਖਾਂ ਜੇ ਤੇਰਾ ਗੁਰੂ ਇਸ ਤਰ੍ਹਾਂ ਕਰਦਾ ਹੈ ਨਾ, ਤਾਂ ਤੈਨੂੰ ਵੀ ਰੋਜ਼ ਕਹਿਣਾ ਚਾਹੀਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ, ਗੁਰੂ ਉਹਨਾਂ ਦੀ ਵੀ ਪੱਤ ਰੱਖਦਾ ਹੈ ਜਿਨ੍ਹਾਂ ਨੇ ਸਾਡਾ ਕਦੇ ਚੰਗਾ ਨਹੀਂ ਜਿੱਤਿਆ। ਤੇ ਗੁਰੂ ਤੇ ਬਾਣੀ ਵਿੱਚ ਪਹਿਲਾਂ ਹੀ ਕਹਿ ਗਏ ਹਨ, ਗੁਰੂ ਕੇ ਸਿੱਖਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਦ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਝ ਪਾਏ। ਸ਼੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਜੀਵਨ ਵਿੱਚੋਂ ਇਹੋ ਜਿਹੀ ਕਈ ਉਦਾਹਰਨਾਂ ਮਿਲਦੀਆਂ ਹਨ। ਕੁਦਰਤ ਨਾਲ ਪਿਆਰ, ਬਾਣੀ ਦਾ ਸਤਿਕਾਰ ਕੀਤਾ ਹੈ, ਵੱਡਿਆਂ ਦੀ ਗੱਲ ਨੂੰ ਆਪਣੇ ਪੱਲੇ ਬੰਨ੍ਹ ਕੇ ਰੱਖਣਾ, ਇਹ ਸ਼੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦੇ ਜੀਵਨ ਵਿੱਚੋਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਵਿਸਥਾਰ ਬਹੁਤ ਸਾਡਾ ਇਤਿਹਾਸ ਹੈ, ਉਹਦੇ ਵਿੱਚੋਂ ਸੰਖੇਪ ਦੀਆਂ ਬੇਨਤੀਆਂ ਕੀਤੀਆਂ ਹਨ।
ਗੁਰੂ ਕਿਰਪਾ ਕਰੇ ਜਿਨ੍ਹਾਂ ਨੂੰ ਆਪਾਂ ਵਿਚਾਰਦੇ ਹਾਂ ਉਹਨੂੰ ਆਪਾਂ ਧਾਰਨ ਵੀ ਕਰ ਸਕੀਏ, ਧਾਰ ਕੇ ਪ੍ਰਚਾਰ ਵੀ ਸਕੀਏ, ਤਾਂ ਕਿ ਸਾਡਾ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕੇ। ਸੱਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਕੋਟਾਣ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਖਹਿਰਾ ਸਾਹਿਬ, ਇਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਹੈ। ਗੁਰੂ ਸਾਹਿਬ ਜੀ ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ, ਹੋਈਆਂ ਭੁੱਲਾਂ ਆਪ ਸੰਗਤ ਨੇ ਨਿਮਾਣਾ ਸੇਵ ਸਮਝ ਕੇ ਬਖਸ਼ ਲੈਣੀਆਂ। ਫਤਿਹ ਨਿਸ਼ਾਨ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।